ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਛਵੀ ਤੇ ਹਾਜ਼ਰ ਹਾਂ ਸੂਬੇ ਤੇ ਸਰੋਕਾਰ ਦੀਆਂ ਤਮਾਮ ਖਬਰਾਂ ਦੇ ਨਾਲ। ਪਰ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਬਿਹਾਰ ਦੀ ਸਿਆਸਤ ਦੇ ਬਦਲੇ ਰੰਗ, ਲਾਲੂ ਪ੍ਰਸਾਦ ਨਾਲੋਂ ਜੁਦਾ ਵਿਧਾਇਕਾਂ ਨੂੰ ਮਿਲੇਗੀ ਵੱਖਰੇ ਗੁੱਟ ਵਜੋਂ ਮਾਨਤਾ। ਤੀਜੇ ਮੋਰਚੇ 'ਚ 11 ਸਿਆਸੀ ਪਾਰਟੀਆਂ ਹੋਣਗੀਆਂ ਸ਼ਾਮਿਲ, ਲੋਕ ਸਭਾ ਚੋਣਾਂ ਦਾ ਅਖਾੜਾ ਹੋਇਆ ਗਰਮ। ਅਤੇ ਪੰਜਾਬ ਸਰਕਾਰ ਦਾ ਮਜ਼ਦੂਰਾਂ ਨਾਲ ਜਾਗਿਆ ਮੋਹ, ਮਜ਼ਦੂਰਾਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ਸ਼ੁਰੂ। ਤੇ ਹੁਣ ਜਾਣਨੇ ਖਬਰਾਂ ਵਿਸਤਾਰ ਦੇ ਨਾਲ। ਸਿਆਸਤ ਦੀ ਦੁਨੀਆ ਸੱਚ ਤੇ ਅਫਵਾਹਾਂ ਦਾ ਫਾਸਲਾ ਮੇਟ ਸਕਦੀ ਹੈ ਤੇ ਸੱਚ ਦੀ ਤਸਵੀਰ 'ਚ ਵੀ ਨਵੇਂ ਰੰਗ ਭਰ ਸਕਦੀ ਹੈ। ਇਸ ਦੇ ਦਿਲਚਸਪ ਮੰਜ਼ਰ ਬਿਹਾਰ ਦੀ ਰਾਜਨੀਤੀ 'ਚ ਵੇਖਣ ਨੂੰ ਮਿਲ ਰਹੇ ਨੇ। ਕੱਲ ਸਾਰਾ ਦਿਨ ਭਾਰਤੀ ਜਨਤਾ ਪਾਰਟੀ ਤੇ ਲੋਕ ਜਨਸ਼ਕਤੀ ਪਾਰਟੀ ਵਿਚਾਲੇ ਸਮਝੌਤੇ ਦੀ ਖਬਰ ਚੱਲਦੀ ਰਹੀ ਤੇ ਇਹ ਚਰਚਾ ਵੀ ਕਿ 22 ਮੈਂਬਰੀ RJD ਵਿਧਾਇਕ ਦਲ 'ਚੋਂ 13 ਵਿਧਾਇਕ ਨਿਤਿਸ਼ ਕੁਮਾਰ ਦੀ ਸ਼ਰਨ ਚਲੇ ਗਏ ਨੇ, ਜਿਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਵੱਖਰੇ ਗਰੁੱਪ ਵਜੋਂ ਮਾਨਤਾ ਦੇ ਦੇਣਗੇ। ਹੁਣ ਦੋਵੇਂ ਖਬਰਾਂ ਆਪਣੇ ਨਵੇਂ ਰੰਗ 'ਚ ਆ ਗਈਆਂ ਨੇ। ਹਾਲਾਂਕਿ ਕਲਪਨਾ ਦੀ ਦੁਨੀਆ ਹੀ ਹੋਵੇਗੀ ਜੋ ਇਸ ਨੂੰ ਅੰਤਿਮ ਸੱਚ ਮੰਨਣ ਦਾ ਭਰੋਸਾ ਜਗਾ ਸਕੇ। ਵੇਖਦੇ ਹਾਂ ਬਿਹਾਰ ਦੇ ਵਰਤਾਵੇ ਦੇ ਇੱਕ ਖਾਸ ਰਿਪੋਰਟ। ਇੱਕ ਵਕਤ ਸੀ ਜਦੋਂ ਲਾਲੂ ਪ੍ਰਸਾਦ ਯਾਦਵ, ਨਿਤੀਸ਼ ਕੁਮਾਰ ਤੇ ਰਾਮ ਵਿਲਾਸ ਪਾਸਵਾਨ ਇੱਕੋ ਸਿਆਸੀ ਸਕੂਲ 'ਚ ਗੈਰ ਕਾਂਗਰਸਵਾਦ ਦੇ ਝੰਡਾ ਬਰਦਾਰ ਹੋਇਆ ਕਰਦੇ ਸਨ। ਬਦਲੇ ਹੋਏ ਹਾਲਾਤ 'ਚ ਤਿੰਨਾਂ ਨੇ ਆਪੋ ਆਪਣੇ ਰਾਹ ਚੁਣ ਲਏ, ਜਿਨ੍ਹਾਂ 'ਤੇ ਚੱਲਦੇ ਹੋਏ ਇਹ ਆਗੂ ਆਪੋ ਵਿੱਚ ਹੀ ਸਾਂਝ ਅਤੇ ਦੁਸ਼ਮਣੀ ਵੀ ਭਗਾਉਂਦੇ ਰਹੇ। ਰਾਮ ਵਿਲਾਸ ਪਾਸਵਾਨ ਨੇ ਨਿਤੀਸ਼ ਕੁਮਾਰ ਨਾਲ ਤੁਰਦਿਆਂ NDA ਦੀ ਸੱਤਾ ਦਾ ਸਵਾਦ ਮਾਣਿਆ ਅਤੇ ਲਾਲੂ ਪ੍ਰਸਾਦ ਯਾਦਵ ਨਾਲ UPA ਦੇ ਭਾਈਵਾਲ ਬਣੇ ਰਹੇ। ਕੱਲ੍ਹ ਸਿਆਸੀ ਮਾਰ ਹੈਰਾਨ ਹੋ ਗਏ ਜਦੋਂ RJD ਅਤੇ ਕਾਂਗਰਸ ਨਾਲ ਸੀਟਾਂ ਦੀ ਵੰਡ ਵੰਡਾਈ ਦੇ ਗੱਦੀ ਗੇੜ 'ਚ ਫਸੇ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੇ ਭਾਜਪਾ ਨਾਲ ਜਾਣ ਦੇ ਸੰਕੇਤ ਦੇ ਦਿੱਤੇ। ਪਾਰਟੀ ਦੇ ਜਨਰਲ ਸਕੱਤਰ ਸੂਰਜ ਭਾਨ ਨੇ ਤਾਂ ਪੁਸ਼ਟੀ ਕਰਦੇ ਬਿਆਨ ਦੇਣ ਵਿੱਚ ਵੀ ਦੇਰ ਨਾ ਲਗਾਈ। ਹਰ ਕੇਂਦਰ ਸਰਕਾਰ 'ਚ ਥਾਂ ਲੈਣ ਵਾਲੇ ਪਾਸਵਾਨ ਦੇ ਹਵਾਲੇ ਨਾਲ ਭਾਜਪਾ ਦੇ ਪੱਖ 'ਚ ਸਰਵੇਖਣਾਂ ਨੂੰ ਵੀ ਸੱਚ ਦੇ ਕਰੀਬ ਵੇਖਿਆ ਜਾਣ ਲੱਗਾ। ਹੁਣ ਲੱਗਦਾ ਕਿ ਰਾਮ ਵਿਲਾਸ ਪਾਸਵਾਨ ਦਾ ਟੈਸਟਿੰਗ ਫਾਰਮੂਲਾ ਸੀ, ਜਿਨ੍ਹਾਂ 2002 ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ 'ਚ ਕਤਲੇਆਮ ਵੇਲੇ NDA ਸਰਕਾਰ ਛੱਡ ਦਿੱਤੀ ਸੀ ਅਤੇ ਹੁਣ ਉਸਦੇ PM ਉਮੀਦਵਾਰ ਹੋਣ ਵੇਲੇ ਭਾਜਪਾ ਨਾਲ ਸਿਆਸੀ ਅੱਖ ਮਟੱਕਾ ਕਰ ਰਹੇ ਨੇ। ਇਸੇ ਦੌਰਾਨ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਦਾ ਜੋੜ ਤੋੜ ਸੰਘਰਸ਼ ਵੀ ਚੱਲਦਾ ਰਿਹਾ। ਕੱਲ੍ਹ ਤੱਕ 22 ਮੈਂਬਰੀ RJD ਵਿਧਾਇਕ ਦਲ 'ਚੋਂ 13 ਨਿਤੀਸ਼ ਕੁਮਾਰ ਦੀ ਸ਼ਰਨ ਚਲੇ ਗਏ ਸਨ, ਜਦਕਿ ਹੁਣ ਡੈਮੇਜ ਕੰਟਰੋਲ ਕਰਦੇ ਹੋਏ ਲਾਲੂ ਪ੍ਰਸਾਦ ਯਾਦਵ ਨੇ 9 ਵਿਧਾਇਕਾਂ ਨੂੰ ਵਾਪਸ ਮੋੜਨ 'ਚ ਸਫਲਤਾ ਦਾ ਦਾਅਵਾ ਕਰ ਦਿੱਤਾ ਹੈ। ਸਿਆਸੀ ਮਾਹਰ ਮੰਨਦੇ ਨੇ ਕਿ ਨਿਤੀਸ਼ ਕੁਮਾਰ ਨੇ ਕਾਂਗਰਸ ਆਸਰੇ ਟਿਕੀ ਰਾਜ ਸਰਕਾਰ ਨੂੰ ਪੈਰਾਂ ਸਿਰ ਕਰਨ ਦੀ ਕਾਹਲ ਵਿੱਚ ਕੱਚੀ ਖੇਡ ਖੇਡ ਲਈ ਸੀ। ਹੁਣ ਨਵੇਂ ਹਾਲਾਤ ਵਿੱਚ ਬਿਹਾਰ ਦਾ ਸਿਆਸੀ ਰੰਗ ਕਿਹੋ ਜਿਹਾ ਹੋਏਗਾ ਕੋਈ ਕੁਝ ਨਹੀਂ ਆਖ ਸਕਦਾ, ਸਿਵਾਏ ਇਸ ਤੋਂ ਕਿ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ 'ਚੋਂ ਆਏ ਇਹ ਤਿੰਨੋਂ ਸਮਾਜਵਾਦੀ ਕਿਸੇ ਵੀ ਸਿਆਸੀ ਗਲਿਆਰੇ ਵਿੱਚ ਜਾ ਕੇ ਸੱਤਾ ਦਾ ਕਮਿਊਨਿਜ਼ਮ ਵਸਾ ਸਕਦੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV। ਭਾਰਤੀ ਜਨਤਾ ਪਾਰਟੀ ਦੇ ਦੋ ਪ੍ਰਮੁੱਖ ਲੀਡਰਾਂ ਨੇ PM ਉਮੀਦਵਾਰ ਨਰਿੰਦਰ ਮੋਦੀ ਦੀ ਸ਼ੈਲੀ ਦੇ ਐਨ ਉਲਟ ਜਾ ਕੇ ਭਾਰਤੀ ਮੁਸਲਿਮ ਸਮਾਜ ਤੋਂ ਭੁੱਲ ਚੁੱਕ ਲਈ ਮੁਆਫ਼ੀ ਮੰਗੀ ਹੈ।
ਮੁਆਫ਼ੀ ਦੇ ਇਸ ਹਥਿਆਰ ਦਾ ਇਸਤੇਮਾਲ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕੀਤਾ, ਜਦਕਿ ਅਰੁਣ ਜੇਟਲੀ ਨੇ ਮੁਸਲਮਾਨਾਂ ਨਾਲ ਵਾਅਦਾ ਕੀਤਾ ਕਿ ਉਹਨਾਂ ਦੀ ਪਾਰਟੀ ਭਾਰਤ ਨੂੰ ਦੰਗਾ ਮੁਕਤ ਮੁਲਕ ਬਣਾ ਸਕਦੀ ਹੈ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਗੁਜਰਾਤ ਕਤਲੇਆਮ ਤੇ ਕਾਂਗਰਸ ਤੇ ਸੈਕੂਲਰ ਪਾਰਟੀਆਂ ਤੇ ਵਰਦਿਆਂ ਕਿਹਾ ਕਿ ਇੱਕੋ ਦੰਗੇ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਹੈ 2002 ਦਾ ਗੁਜਰਾਤ ਦੰਗਾ। ਉਹਨਾਂ ਸਵਾਲ ਕੀਤਾ ਕਿ ਜਦੋਂ ਕਾਂਗਰਸੀ ਮੁੱਖ ਮੰਤਰੀ ਸਨ ਕਿ ਉਦੋਂ ਗੁਜਰਾਤ ਵਿੱਚ ਕੋਈ ਦੰਗਾ ਨਹੀਂ ਸੀ ਹੋਇਆ। ਉਹਨਾਂ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਅਜ਼ਮਾ ਕੇ ਤਾਂ ਵੇਖੋ, ਤੁਸੀਂ ਸਮਝ ਜਾਓਗੇ ਕਿ ਭਾਜਪਾ ਸੱਤਾ ਲਈ ਨਹੀਂ ਦੇਸ਼ ਦੇ ਨਿਰਮਾਣ ਲਈ ਸਿਆਸਤ ਕਰਦੀ ਹੈ। ਭਾਜਪਾ ਦੇ ਦੋਵੇਂ ਆਗੂ ਲੋਕ ਸਭਾ ਚੋਣਾਂ 'ਚ ਮੋਦੀ ਦੇ 272 ਪਲਸ ਮਿਸ਼ਨ ਵਿੱਚ ਮੁਸਲਮਾਨਾਂ ਦੀ ਭੂਮਿਕਾ ਵਿਸ਼ੇ ਤੇ ਬੋਲ ਰਹੇ ਸਨ। ਆਗਾਮੀ ਲੋਕ ਸਭਾ ਚੋਣਾਂ ਦੀ ਦਸਤਕ ਦਾ ਇੰਤਜ਼ਾਰ ਕਰਦਿਆਂ ਤੀਜੇ ਮੋਰਚੇ ਨੇ ਵੀ 11 ਪਾਰਟੀਆਂ ਦਾ ਤਾਲਮੇਲ ਪੈਦਾ ਕਰ ਲਿਆ। ਇਸ ਨੂੰ ਨੀਤੀਗਤ ਬਦਲ ਆਖਣ ਦੀ ਥਾਂ ਗੈਰ ਭਾਜਪਾ ਤੇ ਗੈਰ ਕਾਂਗਰਸ ਪਾਰਟੀਆਂ ਦੇ ਬਦਲ ਦਾ ਮੋਰਚਾ ਆਖਣਾ ਪਸੰਦ ਕੀਤਾ ਜਾ ਰਿਹਾ ਹੈ। ਇਹਨਾਂ ਪਾਰਟੀਆਂ ਵੱਲੋਂ ਕੀਤੀ ਸਾਂਝੀ ਪ੍ਰੈਸ ਕਾਨਫਰੰਸ CPIM ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ, CPI ਦੇ ਸੀਨੀਅਰ ਆਗੂ AB ਬਰਦਨ, ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ, JDU ਪ੍ਰਧਾਨ ਸ਼ਰਦ ਯਾਦਵ ਤੇ JDS ਆਗੂ HT ਦੇਵਗੌੜਾ ਮੌਜੂਦ ਸਨ। ਸ਼ਰਦ ਯਾਦਵ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਮੋਰਚਾ ਹੈ ਜਿੱਥੇ PM ਉਮੀਦਵਾਰ ਦੇ ਨਾਂ ਤੇ ਕੋਈ ਝਗੜਾ ਨਹੀਂ ਹੈ। ਪ੍ਰਕਾਸ਼ ਕਰਤ ਮੁਤਾਬਕ ਇਸ ਨਾਂ ਤੇ ਚਰਚਾ ਚੋਣਾਂ ਤੋਂ ਬਾਅਦ ਹੀ ਕੀਤੀ ਜਾਏਗੀ। ਉਹਨਾਂ ਕਿਹਾ ਕਿ ਨੀਤੀਗਤ ਸਵਾਲਾਂ ਤੇ ਭ੍ਰਿਸ਼ਟਾਚਾਰ ਪੱਖੋਂ ਕਾਂਗਰਸ ਤੇ ਭਾਜਪਾ 'ਚ ਕੋਈ ਫਰਕ ਨਹੀਂ ਹੈ, ਇਸੇ ਲਈ ਦੋਵਾਂ ਦੇ ਖਿਲਾਫ਼ ਬਦਲ ਦਾ ਯਤਨ ਕੀਤਾ ਜਾ ਰਿਹਾ ਹੈ। ਨਿਤ ਨਵੇਂ ਦਿਨ ਵਿਵਾਦਿਤ ਬਿਆਨ ਦੇਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਇਲੈਕਟ੍ਰੋਨਿਕ ਮੀਡੀਆ ਦੀ ਨਕੇਲ ਕੱਸਣ ਦੇ ਬਿਆਨ ਪਿੱਛੋਂ ਮੁੜ ਚਰਚਾ 'ਚ ਨੇ। ਹਾਲਾਂਕਿ ਉਹਨਾਂ ਯੂ ਟਰਨ ਮਾਰਨ ਵਿੱਚ ਜ਼ਰਾ ਵੀ ਦੇਰੀ ਨਹੀਂ ਕੀਤੀ। ਕੱਲ੍ਹ ਉਹਨਾਂ ਮਹਾਰਾਸ਼ਟਰ ਦੇ ਸੋਲਾਪੁਰ 'ਚ ਕਿਹਾ ਸੀ ਕਿ ਉਹਨਾਂ ਦੇ ਅਧੀਨ ਖੁਫੀਆ ਵਿਭਾਗ ਵੀ ਆਉਂਦੇ ਨੇ ਤੇ ਉਹ ਜਾਣਦੇ ਨੇ ਕਿ ਕੌਣ ਕੀ ਕਰ ਰਿਹਾ। ਇਹ ਗੱਲ ਉਹਨਾਂ ਕਾਂਗਰਸ ਪਾਰਟੀ ਦੇ ਖਿਲਾਫ਼ ਦੁਰਪ੍ਰਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਆਖੀ ਸੀ ਤੇ ਧਮਕੀ ਦਿੱਤੀ ਸੀ ਕਿ ਜੇ ਮੀਡੀਆ ਦੇ ਅਜਿਹੇ ਤੱਤ ਬਾਜ਼ ਨਾ ਆਏ ਤਾਂ ਉਹਨਾਂ ਨੂੰ ਕੁਚਲ ਦੇਣਗੇ। ਮੀਡੀਆ ਵੱਲੋਂ ਧਮਕੀ ਦੇ ਸੁਰ ਦਾ ਨੋਟਿਸ ਲੈਣ ਪਿੱਛੋਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਇਲੈਕਟ੍ਰੋਨਿਕ ਮੀਡੀਆ ਜਰਨਲਿਜ਼ਮ ਨਹੀਂ ਸੀ, ਸਗੋਂ ਉਹ ਸੋਸ਼ਲ ਮੀਡੀਆ ਦੇ ਨਾਂ ਤੇ ਚੱਲ ਰਹੇ ਦੁਰਪ੍ਰਚਾਰ ਵੱਲ ਸੰਕੇਤ ਕਰ ਰਹੇ ਸਨ। ਭਾਰਤੀ ਜਨਤਾ ਪਾਰਟੀ ਲੱਖ ਇਨਕਾਰ ਕਰੇ ਪਰ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਿਰਦੇਸ਼ ਦੀ ਸ਼ਕਲ 'ਚ ਆਏ ਸੁਝਾਅ ਤੋਂ ਪਰੇਸ਼ਾਨ ਹੈ। ਜੇ ਸੰਘ ਦੀ ਚੱਲਦੀ ਹੈ ਤਾਂ ਭਾਜਪਾ ਹਾਈਕਮਾਨ ਨੂੰ ਲਾਲ ਕਿਸ਼ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਦਰਜਨ ਦੇ ਕਰੀਬ ਸੀਨੀਅਰ ਲੀਡਰਾਂ ਦੇ ਲੋਕ ਸਭਾ ਟਿਕਟ ਕੱਟਣੇ ਪੈਣਗੇ। ਸੰਘ ਪਰਿਵਾਰ ਨੇ 75 ਸਾਲਾਂ ਤੋਂ ਵੱਡੀ ਉਮਰ ਦੇ ਆਗੂਆਂ ਨੂੰ ਰਾਜ ਸਭਾ ਭੇਜਣ ਦਾ ਫਰਮਾਨ ਦੇ ਰੱਖਿਆ। ਇਸ ਦਾ ਅਸਲ ਨਿਸ਼ਾਨਾ ਲਾਲ ਕਿਸ਼ ਅਡਵਾਨੀ ਮੰਨੇ ਜਾ ਰਹੇ ਨੇ, ਜੋ ਚੋਣਾਂ ਤੋਂ ਪਿੱਛੇ ਹੋਣ ਵਾਲੇ ਗੱਠਜੋੜ 'ਚ ਮੋਦੀ ਨੂੰ ਪਛਾੜ ਕੇ PM ਉਮੀਦਵਾਰ ਨੇ। ਇਹ ਨਿਰਦੇਸ਼ ਰਾਜ ਸਭਾ ਨਾਮਜ਼ਦਗੀਆਂ ਵੇਲੇ ਵੀ ਆਇਆ ਸੀ ਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸੀਨੀਅਰ ਆਗੂ ਦੀ ਇੱਛਾ ਦਾ ਸਤਿਕਾਰ ਕਰਨ ਦੀ ਗੱਲ ਆ ਕੇ ਮਾਮਲਾ ਟਾਲ ਦਿੱਤਾ ਸੀ। ਹੁਣ ਸੰਘ ਪਰਿਵਾਰ ਨੇ ਨੌਜਵਾਨ ਵੋਟਰਾਂ ਦੀ ਵਧੀ ਗਿਣਤੀ ਦੇ ਮੱਦੇਨਜ਼ਰ ਨਵੇਂ ਸਿਰ ਤੋਂ ਦਾ ਖੇਡਣ ਦਾ ਤਹੀਆ ਕਰ ਲਿਆ। ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਨੂੰ ਹੁਣ ਲੋਕ ਸਭਾ ਚੋਣਾਂ ਨੇੜੇ ਆ ਜਾਣ ਕਾਰਨ ਮਜ਼ਦੂਰਾਂ ਦਾ ਵੀ ਖਿਆਲ ਆ ਗਿਆ। ਜੀ ਹਾਂ, ਪਿਛਲੇ 2 ਸਾਲ ਤੋਂ ਕੀਤੇ ਐਲਾਨ ਤੋਂ ਬਾਅਦ ਹੁਣ ਪੰਜਾਬ ਸਰਕਾਰ
ਮਜ਼ਦੂਰ ਭਲਾਈ ਬੋਰਡ ਕੋਲ ਰਜਿਸਟਰਡ ਮਜ਼ਦੂਰਾਂ ਦੇ ਬੱਚਿਆਂ ਨੂੰ 4,000 ਤੋਂ 8,000 ਰੁਪਏ ਤੱਕ ਸਿੱਖਿਆ ਪੱਤਾ ਦੇਵੇਗੀ। ਇਹ ਫੈਸਲਾ ਪੰਜਾਬ ਬਿਲਡਿੰਗ ਐਂਡ ਅੰਡਰ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਦੀ ਕਿਰਤ ਭਲਾਈ ਮੰਤਰੀ ਚੁੰਨੀ ਲਾਲ ਭਗਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਸਿੱਖਿਆ ਪੱਤੇ ਤੋਂ ਇਲਾਵਾ ਰਜਿਸਟਰ ਕਿਰਤੀਆਂ ਦੇ ਪਹਿਲੇ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ 800 ਰੁਪਏ ਤੋਂ 1,000 ਰੁਪਏ ਤੱਕ ਵਰਦੀ ਭੱਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇੰਨਾ ਹੀ ਨਹੀਂ, ਕਿਰਤੀਆਂ ਦੇ 9ਵੀਂ ਤੋਂ 12ਵੀਂ ਕਲਾਸ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮੁਫ਼ਤ ਸਾਈਕਲ ਵੀ ਦਿੱਤੇ ਜਾਣਗੇ। ਦੱਸ ਦਈਏ ਕਿ ਪੰਜਾਬ ਦੇ ਲੇਬਰ ਵਿਭਾਗ ਕੋਲ ਕਿਰਤੀਆਂ ਦੀ ਭਲਾਈ ਲਈ 350 ਕਰੋੜ ਰੁਪਏ ਇਕੱਠੇ ਹੋਏ ਪਏ ਨੇ, ਪਰ ਕਿਰਤੀਆਂ ਦੀ ਭਲਾਈ ਦੀਆਂ ਸਕੀਮਾਂ ਉਲੀਕਣ ਵਿੱਚ ਦੇਰੀ ਕੀਤੀ ਜਾਂਦੀ ਹੈ। ਉਸਾਰੀ ਵਾਲੇ ਵੱਡੇ ਪ੍ਰੋਜੈਕਟਾਂ ਉੱਤੇ 1% ਕਿਰਤ ਭਲਾਈ ਸੈਸ ਲਗਾ ਕੇ ਪੰਜਾਬ ਸਰਕਾਰ ਫੰਡ ਤਾਂ ਇਕੱਠਾ ਕਰ ਲੈਂਦੀ ਹੈ, ਪਰ ਮਜ਼ਦੂਰਾਂ ਦੀ ਭਲਾਈ ਲਈ ਫੰਡ ਖਰਚਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਫਿਲਹਾਲ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ਤੁਸੀਂ ਬਣੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ।